ਅਸਾਂ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਹੈਲਥ ਐਜੂਕੇਸ਼ਨ ਦੇ ਵਿੱਚ। ਡਾਕਟਰ ਸਾਨੂੰ ਦੱਸੋ ਕਿ ਅਗਰ ਹਾਰਟ ਦੀ ਬਿਮਾਰੀ ਆਈ ਜਾਵੇ ਉਹ ਕਿਹੜੇ ਕਿਹੜੇ ਇਲਾਜ ਆ ਜਿਹੜੇ ਉਹ ਆਪਾਂ ਕਰਵਾ ਸਕਦੇ? ਜਿਹੜੇ ਮੇਜਰ ਟ੍ਰੀਟਮੈਂਟ ਨੂੰ ਆਪਾਂ ਦੋ ਕੈਟਾਗਰੀ ਡਿਵਾਈਡ ਕਰ ਸਕਦੇ ਹੈਗੇ, ਇਨਵੇਜ਼ਿਵ ਐਂਡ ਸਰਜੀਕਲ ਅਤੇ ਨੋਨ ਇਨਵੇਜ਼ਿਵ ਨੋਨ ਸਰਜੀਕਲ। ਜਿਹੜੇ ਹੈਗੇ ਸਰਜੀਕਲ ਉਹ ਆਪਾਂ ਨੂੰ ਉਸ ਵਕਤ ਕਰਨੇ ਚਾਹੀਦੇ ਹੈ ਜਦੋਂ ਕਿ ਆਪਾਂ ਨੂੰ ਦੇ ਕੋਲ ਕੋਈ ਨੋਨ ਇਨਵੇਜ਼ਿਵ ਨੋਨ ਸਰਜੀਕਲ ਟ੍ਰੀਟਮੈਂਟ ਨਾ ਪੋਸੀਬਲ ਹੋਵੇ ਜਾਂ ਜਿੱਥੇ ਫੇਲ ਹੋਵੇ। ਅਤੇ ਜਿਹੜੇ ਨੋਨ ਇਨਵੇਜ਼ਿਵ ਟ੍ਰੀਟਮੈਂਟ ਹੈ ਅਤੇ ਆਲਮੋਸਟ ਸਾਰੇ ਕੰਟਰੀ 'ਚ ਅਵੇਲੇਬਲ ਹੈਗੇ, ਅਮਰੀਕਾ, ਇੰਗਲੈਂਡ, ਜਰਮਨੀ ਅਤੇ ਇੰਡੀਆ ਦੇ ਵਿੱਚ ਵੀ ਬਹੁਤ ਜਗ੍ਹਾ 'ਤੇ ਹੈਗੇ। ਅਸੀਂ ਇੱਕ ਟ੍ਰੀਟਮੈਂਟ ਕਰ ਰਹੇ ਹੈਗੇ ਆਰਟਰੀ ਕਲੀਅਰੈਂਸ ਥੈਰੇਪੀ, ਜਿਹਨੂੰ ਕਲੇਸ਼ਨ ਥੈਰੇਪੀ ਵੀ ਕਹਿੰਦੇ ਹੈਗੇ। ਇਹ ਅਸੀਂ 1994 ਤੋਂ ਕਰ ਰਹੇ, ਅਸੀਂ ਇੰਟਰੋਡਿਊਸ ਕੀਤਾ ਸੀਗਾ ਇੰਡੀਆ ਦੇ ਵਿੱਚ। ਇਹਦੇ 'ਚ ਡ੍ਰਿਪ ਦੇ ਵਿੱਚ ਜਿਵੇਂ ਗਲੂਕੋਜ਼ ਚੜਾਇਆ ਜਾਂਦਾ ਹੈ, ਇਹ ਟ੍ਰੀਟਮੈਂਟ ਆਮ ਤੌਰ 'ਤੇ 20 ਤੋਂ 30 ਵਾਰੀ ਕੀਤੀ ਜਾਂਦੀ ਹੈਗੀ। ਫਿਰ ਇੱਕ ਟ੍ਰੀਟਮੈਂਟ ਹੈਗੀ ਐਕਸਟਰਨਲ ਕਾਊਂਟਰ ਪਲਸੇਸ਼ਨ, ਜਿਹਨੂੰ ECP ਜਾਂ EECP ਵੀ ਕਹਿੰਦੇ ਆ। ਇਹ ਮਸ਼ੀਨ ਦੇ ਨਾਲ ਪੇਸ਼ੈਂਟ ਇੱਕ ਕੰਫਰਟੇਬਲ ਬੈੱਡ ਦੇ ਉੱਤੇ ਪੈ ਜਾਂਦਾ ਹੈਗਾ, ਬਾਹਾਂ ਦੇ ਉੱਤੇ ਅਤੇ ਆਰਮਸ ਦੇ ਉੱਤੇ ਕਫਸ ਬੰਨ ਦਿੰਦੇ ਆ, ਜਿਵੇਂ ਕਿ ਬਲੱਡ ਪ੍ਰੈਸ਼ਰ ਦੇਖਣ ਵਾਲੇ ਕਫਸ ਹੁੰਦੇ ਹੈਗੇ, ਅਤੇ ECG ਦੇ ਲਈ ਲੀਡਸ ਲਗਾ ਦਿੰਦੇ ਹੈਗੇ, ਅਤੇ ਕੰਨ 'ਤੇ ਜਾਂ ਉਂਗਲ 'ਤੇ ਇੱਕ ਸੈਂਸਰ ਲਗਾ ਦਿੰਦੇ ਹੈਗੇ ਜਿਹੜਾ ਦੱਸਦਾ ਹੈਗਾ ਕਿ ਇਫੈਕਟਿਵਨੈਸ ਕਿੰਨੀ ਆ ਰਹੀ ਹੈਗੀ ਮਸ਼ੀਨ ਦੀ। ਅਤੇ ਜਿਹੜੀ ਮਸ਼ੀਨ ਹੈ ECG ਦੇ ਮੁਤਾਬਕ, ਉਹਦੇ ਟਾਈਮਿੰਗ ਦੇ ਮੁਤਾਬਕ ਜਿਹੜੇ ਕਫਸ ਹੈਗੇ ਉਹ ਇਨਫਲੇਟ ਅਤੇ ਡਿਫਲੇਟ ਕਰਦੇ ਹੈਗੇ, ਜਿਹਦੇ ਨਾਲ ਕਿ ਇੱਕ ਪਲਸ ਬਣਦੀ ਹੈਗੀ ਜਿਹੜੀ ਹਾਰਟ ਤੱਕ ਪਹੁੰਚਦੀ ਹੈਗੀ, ਅਤੇ ਦੋ ਤਿੰਨ ਕੰਮ ਕਰਦੀ ਹੈਗੀ। ਜਿਹੜੇ ਆਰਟਰੀਜ਼ ਹੈਗੀਆਂ ਜਾਂ ਕੈਪਿਲਰੀਜ਼ ਹੈਗੀਆਂ ਉਹਨਾਂ ਨੂੰ ਡਾਇਲੇਟ ਕਰਦੀ ਹੈਗੀ, ਉਹ ਫੁੱਲ ਜਾਂਦੀ ਹੈਗੀ, ਵੱਡੀਆਂ ਹੋ ਜਾਂਦੀ ਹੈਗੀ ਤਾਂ ਕਿ ਜ਼ਿਆਦਾ ਖੂਨ ਜਾ ਸਕੇ। ਕਈ ਡੋਰਮੈਂਟ ਕੈਪਿਲਰੀਜ਼ ਹੁੰਦੀਆਂ ਜਨਮ ਤੋਂ ਬਣੀਆਂ ਲੇਕਿਨ ਖੁੱਲੀਆਂ ਨਹੀਂ ਹੈਗੀਆਂ, ਜਿਹੜੇ ਰਿਜ਼ਰਵ ਹੁੰਦੇ ਹੈਗੇ ਇਹ ਉਹਨਾਂ ਨੂੰ ਖੋਲ੍ਹ ਦਿੰਦੀ ਹੈਗੀ। ਜਿਹੜੇ ਆਰਟਰੀਜ਼ ਆ ਉਹਨਾਂ ਨੂੰ ਵੀ ਡਾਇਲੇਟ ਕਰਦੀ ਹੈਗੀ, ਅਤੇ ਕੁਛ ਹੋਰ ਚੇਂਜਸ ਕਰਦੀਆਂ ਹੈਗੀਆਂ ਹਾਰਮੋਨਸ ਵਗੈਰਾ ਦੇ ਨਾਲ, ਵੇਜ਼ੋ ਐਂਡੋਥੀਲ ਗਰੋਥ ਫੈਕਟਰਸ ਵਗੈਰਾ, ਜਿਹਦੇ ਨਾਲ ਕਿ ਨਵੇਂ ਬਲੱਡ ਵੈਸਲ ਦਾ ਛੋਟੇ ਛੋਟੇ ਬਣ ਜਾਂਦੇ ਹੈਗੇ। ਇਹ ਆਮ ਤੌਰ 'ਤੇ ਇੱਕ ਟਾਈਮ 'ਤੇ ਇੱਕ ਘੰਟੇ ਲਈ ਹੁੰਦਾ ਹੈਗਾ, ਦਿਨ 'ਚ ਇੱਕ ਜਾਂ ਦੋ ਵਾਰੀ ਕੀਤਾ ਜਾ ਸਕਦਾ ਹੈਗਾ, ਰੋਜ਼ ਵੀ ਕਰ ਸਕਦੇ ਹੈਗੇ, ਜੇ ਹਫ਼ਤੇ 'ਚ ਇੱਕ ਦੋ ਦਿਨ ਆਪਾਂ ਗੈਪ ਵੀ ਦੇ ਸਕਦੇ ਹਾਂ, ਅਤੇ ਟੋਟਲ 35 ਵਾਰੀ ਹੈਗਾ। ਇਹਦੇ ਦੇਖਿਆ ਗਿਆ ਹੈਗਾ ਕਿ ਇੱਕ ਰਿਸਰਚ ਦੇ ਵਿੱਚ ਕਿ ਜਿਨ੍ਹਾਂ ਦੇ ਬਾਈਪਾਸ ਕੀਤੀ ਗਈ ਸੀਗੀ ਉਹਨਾਂ ਦੇ 89% ਪੇਸ਼ੈਂਟ ਜਿਹੜੇ ਹੈਗੇ ਇੰਪਰੂਵ ਹੋਏ, ਜਿਨ੍ਹਾਂ ਦਾ ECP ਕੀਤਾ ਗਿਆ ਉਹਨਾਂ ਦੇ 88% ਇੰਪਰੂਵ ਕੀਤਾ, ਮਤਲਬ 1% ਦਾ ਫਰਕ ਸੀਗਾ। ਲੇਕਿਨ ਸੇਫਟੀ ਦੇਖੀਏ ਤਾਂ ਇਹ ECP ਪ੍ਰੋਸੀਜਰ ਦੇ ਨਾਲ ਕਿਸੇ ਦੀ ਡੈਥ ਨਹੀਂ ਹੋਈ, ਬਹੁਤ ਸੇਫ ਪ੍ਰੋਸੀਜਰ ਆ। ਇੱਕ ਦੋ ਹੋਰ ਬਹੁਤ ਇੰਟਰਸਟਿੰਗ ਨਵੇਂ ਟ੍ਰੀਟਮੈਂਟਸ ਆ ਰਹੇ ਹੈਗੇ, ਉਹਨਾਂ 'ਚ ਦੇਖੇਗਾ ਓਜ਼ੋਨ ਥੈਰੇਪੀ। ਉਹਦਾ ਓਜ਼ੋਨ ਜਾਂ ਸਲਾਈਨ ਵਿੱਚ ਮਿਕਸ ਕਰਕੇ ਜਾਂ ਬਲੱਡ ਵਿੱਚ ਮਿਕਸ ਕਰਕੇ ਨਾੜਾ ਦੇ ਵਿੱਚ ਜਿਵੇਂ ਗਲੂਕੋਜ਼ ਚੜਾਉਂਦੇ ਆ ਉਸ ਤਰ੍ਹਾਂ ਦਿੱਤਾ ਜਾਵੇ। ਇੱਕ ਓਰਲ ਕਿਲੇਸ਼ਨ ਹੈਗਾ ਜਿਹੜਾ ਅਸੀਂ ਹੁਣ ਲੇਟਲੀ ਸ਼ੁਰੂ ਕੀਤਾ ਹੈਗਾ, ਇਹਦੇ 'ਚ ਵਿਟਾਮਿਨਸ ਅਤੇ ਅਮਾਈਨੋ ਐਸਿਡ ਦਿੰਦੇ ਹੈਗੇ ਜਿਹੜੇ ਕਿ ਹਾਰਟ ਲਈ ਚੰਗੇ ਹੈਗੇ। ਇੱਕ ਆ ESMR, ਇਹ ਕਿਡਨੀ ਸਟੋਨ ਤੋੜਨ ਦੇ ਲਈ ਲਿਥੋਟ੍ਰਿਪਸੀ ਸੀ ਉਸ ਤਰ੍ਹਾਂ ਦੀ ਮਸ਼ੀਨ ਹੈਗੀ ਛੋਟੀ ਜੀ, ਜਿਹੜੀ ਕਿ ਹਾਰਟ ਦੇ ਵਿੱਚ ਨਵੇਂ ਬਲੱਡ ਵੈਸਲ ਪੈਦਾ ਕਰਨ ਲਈ ਹੈਲਪ ਕਰਦੀ ਹੈਗੀ। ਦੱਸੋ ਇਹਦਾ ਮਤਲਬ ਆ ਕਿ ਸੇਫਟੀ ਵੀ ਜ਼ਿਆਦਾ ਜਿਹੜੀ ਹੈਗੀ ਨੋਨ ਸਰਜੀਕਲ ਦੀ ਹੈ, ਔਰ ਪੇਮੈਂਟ ਵੀ ਮੇਰਾ ਖਿਆਲ ਆ ਵੀ ਉਹਦੇ 'ਚ ਘੱਟ ਲੱਗਦੀ ਹੈ, ਔਰ ਪੇਸ਼ੈਂਟ ਲਈ ਅਲੋਬੇਟ ਵੀ ਹੋ ਜਾਂਦਾ। ਜਿੱਦਾਂ ਤੁਸੀਂ ਕਿਹਾ 35 ਸਿਟਿੰਗ ਆ, ਤਾਂ ਇੱਕ ਵਾਰ ਤਾਂ ਇੱਕ ਵਾਰੀ ਬੰਦੇ ਨੇ ਸਰਜਰੀ ਕਰਾਉਣੀ ਆ ਤਾਂ ਉਹ ਬੰਦੇ ਦਾ ਮਨ ਸਾਰਾ ਜਿਹੜਾ ਹੈਗੀ ਐਨਰਜੀ ਸਾਰੇ ਟੱਬਰ ਦੀ ਲੱਗੀ ਹੁੰਦੀ ਹੈ ਉਹਦੇ ਵਿੱਚ, ਔਰ ਇੱਕ ਵਾਰੀ 35 ਵਾਰ ਉਹਨੂੰ ਈਜ਼ੀ ਹੋ ਕੇ, ਵੈਸੇ ਪੇਸ਼ੈਂਟ ਜਿਹੜਾ ਹਰਟ ਵਾਲਾ ਹੁੰਦਾ ਉਹਦੇ ਮਾਇੰਡ ਸੈਟ ਆਪਾਂ ਜਿਹੜਾ ਉਹ ਬੜਾ ਪਜ਼ਲਿੰਗ ਸਿਚੁਏਸ਼ਨ ਹੁੰਦੀਆਂ ਘਰਦਿਆਂ ਦੀਆਂ, ਔਰ ਉਹ ਜਦੋਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਸਵਾਦ ਜਿਹਾ ਆਉਣਾ ਸ਼ੁਰੂ ਹੋ ਜਾਂਦਾ, ਲੱਗਦਾ ਵੀ ਅਸੀਂ ਕਿਸੇ ਵਧੀਆ ਚੀਜ਼ ਵੱਲ ਜਾ ਰਹੇ ਹਾਂ, ਅਤੇ ਇਹਦਾ ਮਤਲਬ ਕਿ ਜਿਹੜੇ ਤੁਹਾਡੀਆਂ ਸਰਜਰੀਆਂ ਇਹਨਾਂ ਦੇ ਵਿੱਚੋਂ ਸਰਜਰੀਆਂ ਨਾਲੋਂ ਜਿਹੜਾ ਨੋਨ ਸੈਂਸਿਵ ਆ ਜਿਹੜਾ ਬਿਨਾਂ ਸਰਜਰੀ ਵਾਲਾ ਕੰਮ ਵਧੀਆ। ਜਿੱਥੇ ਐਮਰਜੈਂਸੀ ਹੋਵੇ ਉੱਥੇ ਸਟੈਂਟ ਐਕਸਲੈਂਟ ਟ੍ਰੀਟਮੈਂਟ ਆ, ਬਾਈਪਾਸ ਬਹੁਤ ਚੰਗਾ ਹੈਗਾ। ਜਿੱਥੇ ਐਮਰਜੈਂਸੀ ਨਾ ਹੋਵੇ ਉੱਥੇ ਨੋਨ ਸਰਜੀਕਲ ਟ੍ਰੀਟਮੈਂਟ ਬਹੁਤ ਇਫੈਕਟਿਵ ਹੈਗੇ, ਅਤੇ ਯੂਜ਼ ਕਰ ਲੈਣੇ ਚਾਹੀਦੇ ਆ ਅਤੇ ਸੇਫ ਹੈਗੇ। ਥੈਂਕ ਯੂ ਡਾਕਟਰ। ਥੈਂਕ ਯੂ।